ਮੇਰੇ ਖਿਆਲ 7 ਕਿ ਮਹੀਨੇ ਹੋ ਗਏ 10 ਮਹੀਨੇ ਹੋ ਗਏ ਜਗਪਾਲ ਜੀ ਹੁਰੀ ਦੱਸਦੇ ਹੈ ਕਿ 10 ਮਹੀਨੇ ਜਦੋਂ ਬਾਰਿਸ਼ ਤੇ ਉਹ ਪਾਣੀ ਆਇਆ ਸੀ ਅੱਜ 10 ਮਹੀਨੇ ਗਰਦਾਵਰੀ ਹੋਈ ਨੂੰ ਹੋ ਗਈ ਸਪੈਸ਼ਲ ਗਰਦਾਵਰੀ ਹੁਣੇ ਕਿ ਇੱਕ ਰੁਪਿਆ ਮਿੱਡੇ ਪਿੰਡ ਦੇ ਲੋਕਾਂ ਨੂੰ ਨਹੀਂ ਮਿਲਿਆ ਸਾਡੇ ਹੁਸਨਰ ਪਿੰਡ ਹੈ ਉੱਥੇ ਗਰਦਾਵਰੀ ਹੋਈ ਨੂੰ ਸਾਲ ਹੋ ਗਿਆ ਉੱਥੇ ਕਿਸੇ ਨੂੰ ਰੁਪਿਆ ਨਹੀਂ ਮਿਲਿਆ ਮੈਂ ਕਹਿੰਦਾ ਕਿ ਸਪੈਸ਼ਲ ਗਰਦਾਵਰੀ ਤੋਂ ਬਾਅਦ ਹੀ ਪੈਸੇ ਲੋਕਾਂ ਨੂੰ ਮਿਲ ਜਾਣ ਤਾਂ ਇੰਨੇ ਹੀ ਬਹੁਤ ਔਰ ਕਮ ਸੇ ਕਮ ਕੱਟੋ ਕੱਟ ਜਿਹੜੇ ਆ ਹਾਲਾਤ ਸਰਕਾਰ ਨੂੰ 50000 ਰੁਪਏ 40000 ਰੁਪਏ 30000 ਰੁਪਏ ਕੱਟੋ ਕੱਟ 100 ਕੱਟ ਕਿਸਾਨ ਦਾ ਗੁਜ਼ਾਰਾ ਨਹੀਂ ਹੈ ਕਿਉਂਕਿ ਆਪ ਇਹ ਕਹਿੰਦੀ ਰਹੀ ਹੈ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਅਪ੍ਰੈਲ ਮਹੀਨੇ ਤੋਂ ਬਾਅਦ ਮੈਨੂੰ ਯਾਦ ਹੈ ਮੈਂ ਕੇਜਰੀਵਾਲ ਸਾਹਿਬ ਦਾ ਇਸ ਵੀ ਮੁਬਾਰੀ ਵੀ ਮੁੱਦਾ اٹھਾਇਆ ਸੀ ਕਿ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਹੁਣ ਇੰਨਾ ਪਿੰਡਾਂ ਦੇ ਲੋਕ ਖੁਦਕੁਸ਼ੀ ਕਰਨਗੇ ਔਰ ਕੀ ਕਰਨਗੇ ਇਹਨਾਂ ਕੋਲੇ ਚਾਰਾ ਕੀ ਹੈ ਸੋ ਮੇਰੀ ਇਹ ਬੇਨਤੀ ਹੈ ਦੋਨਾਂ ਸਰਕਾਰਾਂ ਨੂੰ ਜਿਹੜੀਆਂ ਆਪਣੇ ਆਪ ਨੂੰ ਕਿਸਾਨ ਤੇ ਸ਼ੀ ਸਰਕਾਰਾਂ ਆਪਦੇ ਆਪ ਨੂੰ ਕਹਿੰਦੀਆਂ ਹਨ ਨਾਹਰਾ ਲਾਉਂਦੀਆਂ ਆਮ ਆਦਮੀ ਪਾਰਟੀ ਦੀ ਔਰ ਬੀਜੇਪੀ ਵਾਲੇ ਨੂੰ ਕਿ ਕਿਰਪਾ ਕਰਕੇ ਕਿਸਾਨ ਨੂੰ ਦੋਵੇਂ ਸਰਕਾਰਾਂ ਰਲ ਕੇ ਅਗਰ ਤੁਸੀਂ 50000 ਰੁਪਏ ਦਾ ਮੁਆਵਜ਼ਾ ਦਿਓਗੇ ਤਾਂ ਤਦ ਇਹਨਾਂ ਦੀ ਪਾਰ ਲੱਗਣੀ ਹੈ ਕਿਉਂਕਿ ਆੜਤੀਏ ਨੇ ਆੜਤੀਏ ਨੇ ਪੈਸੇ ਲੈਣੇ ਸੀ ਕਣਕ ਮੋੜਨੀ ਸੀ ਤਾਂ ਫਿਰ ਅਗਲਾ ਪੈਸਾ ਆਉਣਾ ਸੀ ਹੁਣ ਆਰਥਿਕੀ ਫਸਲ ਹੋਈ ਨਹੀਂ ਉਹ ਆਰਥਿਕੀ ਦੇ ਪੈਸੇ ਉੱਥੇ ਖੜਿਆ ਵਿਆਜ ਉੱਥੇ ਹੋਣਾ ਭੁਗਤਣਾ ਪਊਗਾ ਅਗਲੀ ਫਸਲ ਵੀ ਜਨ ਨੂੰ ਇਹਨਾਂ ਕੋਲੇ ਪੈਸੇ ਨਹੀਂ ਹੋਣੇ ਆਰਥਿਕੀ ਨੇ ਦੇ ਦੇ ਬੇਸ਼ੱਕ ਮਾਨ ਸਾਹਿਬ ਕਹਿ ਕੇ ਵੀ ਅੱਗੇ ਨਾਲ ਮੁਆਵਜ਼ਾ ਰਾਸ਼ੀ ਜਿਸ ਸੀ ਵਾਅਦਾ ਕੀਤਾ ਗਿਆ ਦੂਜੀਆਂ ਸਰਕਾਰਾਂ ਦੇ ਬਦਲੇ ਸੋ ਦੇਖੋ ਗੱਲ ਹਰ ਬੰਦਾ ਦਾ ਜੀ ਹਰ ਦੂਜੀ ਸਰਕਾਰ ਦੀ ਗੱਲ ਕਰਦਾ ਮੈਂ ਅੱਜ ਅਸੀਂ ਸਰਕਾਰ ਤੋਂ ਬਾਹਰ ਕਿਉਂ ਹੈ ਦੇਖੋ ਇਸ ਗੱਲ ਸਾਥੋਂ ਵੀ ਜਿਹੜੀਆਂ ਅਸੀਂ ਕਈ ਉਮੀਦਾਂ ਤੇ ਲੋਕਾਂ ਦੀਆਂ ਤੇ ਖਰੇ ਨਹੀਂ ਉਤਰੇ ਇਸ ਕਰਕੇ ਲੋਕਾਂ ਨੇ ਸਾਨੂੰ ਸਤਾ ਸਰਕਾਰ ਚੋਂ ਬਾਹਰ ਰੱਖਿਆ ਹਾਲਾਂਕਿ ਕਿਸਾਨਾਂ ਦੇ ਪ੍ਰਤੀ ਅੱਜ ਕੋਈ ਸਰਕਾਰ ਨਹੀਂ ਬੇਸ਼ੱਕ ਘੱਟ ਹੋਇਆ ਸਾਰਿਆਂ ਦਾ ਨਹੀਂ ਹੋਇਆ ਲੇਕਿਨ 2 ਲੱਖ ਰੁਪਏ ਦਾ ਕਰਜ਼ਾ ਤੁਸੀਂ ਇੱਥੇ ਕਾਦੀ ਦਲ ਦੀ ਸਰਕਾਰ ਰਹੀ ਮੁੱਖ ਮੰਤਰੀ ਕਿਸਾਨ ਰਿਆ ਕਿਸੇ ਨੇ 10000 ਰੁਪਏ ਕਿਸਾਨ ਦਾ ਮਾਫ ਨਹੀਂ ਕੀਤਾ ਜੇ ਪਹਿਲੀ ਸਰਕਾਰ ਡਾਕਟਰ ਬਨਮੋਨ ਸਿੰਘ ਦੀ ਸੀ ਕੇਂਦਰ ਸਰਕਾਰ ਨੇ ਉਦੋਂ 84000 ਕਰੋੜ ਰੁਪਏ ਦੇਸ਼ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਪੰਜਾਬ ਦੇ ਲੋਕਾਂ ਦਾ ਕੀਤਾ ਸੀ ਇਸ ਵਾਰੀ ਵੀ ਤੁਹਾਡੇ ਪਿੰਡ ਚੋਂ ਵੀ ਘੱਟੋ ਘੱਟ ਕੋਈ 20 ਕਿਸਾਨ 50 ਕਿਸਾਨ 60 ਕਿਸਾਨ ਜਿੰਦਾ ਤਾਂ 2-2 ਲੱਖ ਰੁਪਏ ਕਰਦੇ ਮਾਫ ਕੀਤਾ ਮੈਂ ਸਮਝਦਾ ਕਿ ਅਸੀਂ ਵੀ ਉਸੇ ਪੂਰਾ ਨਹੀਂ ਉਤਰ ਪਾਏ ਜਿੰਨਾ ਹੋਰ ਕਰਨਾ ਚਾਹੀਦਾ ਸੀ ਸਾਨੂੰ ਇਸੇ ਕਰਕੇ ਅੱਜ ਸਦਾ ਸਰਕਾਰ ਚੋਂ ਬਾਹਰ ਹੈ ਪਰ ਬਹੁਤ ਸਾਰੇ ਵੱਡੇ ਵਾਅਦੇ ਕੀਤੇ ਸੀ ਕਿਸਾਨਾਂ ਨੂੰ ਇਸ ਤਰ੍ਹਾਂ ਰੋਲਿਆ ਨਹੀਂ ਜਾ ਸਕਦਾ ਕਿਸਾਨ ਦੀ ਹਾਲਾਤ ਬਹੁਤ ਮਾੜੇ ਨੇ ਆਲਰੇਡੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਮੈਂ ਇਸ ਵਾਰੀ ਵੀ ਅੰਕੜੇ ਪੇਸ਼ ਕੀਤੇ ਸੀ ਕਿ ਇੰਨੇ ਕਿਸਾਨ ਹੁਣ ਤੱਕ ਖੁਦਕੁਸ਼ੀ ਇਹਨਾਂ ਦੀ ਸਰਕਾਰ ਚ ਕਰ ਚੁੱਕੇ ਆ ਸੋ ਮੇਰੀ ਬੇਨਤੀ ਹੈ ਮੈਂ ਜਿਆਦਾ ਇਧਰ ਉਧਰ ਗੱਲਾਂ ਚ ਕਿਸੇ ਨੂੰ ਨਿੰਦਾ ਨਾ ਹੋਇਆ ਮਾਨ ਸਾਹਿਬ ਆਪ ਦੀ ਗਲਤੇ ਪੂਰਾ ਪੁਖਤਾ ਪਹਿਰਾ ਦਿੰਦੇ ਹੋਏ ਪੰਜਾਬ ਦਾ ਮੁੱਖ ਮੰਤਰੀ ਕਿਰਪਾ ਕਰਕੇ ਨਾ ਕੇਵਲ ਜਾਸਤੇ ਆ ਕੇ ਢੀੜਾ ਕੱਢ ਕੇ ਜਾਵੇ ਉਹਦਾ